ਸ਼ਾਂਤੀ ਨੂੰ ਭੰਗ ਕਰਨਾ। ਦੇਖੋ ਆਮ ਆਦਮੀ ਪਾਰਟੀ ਬਿਲਕੁਲ ਧਰਮ ਨਿਰਪੱਖ ਪਾਰਟੀ ਆ। ਆਮ ਆਦਮੀ ਪਾਰਟੀ ਕਿਸੇ ਵੀ ਰਿਲੀਜੀਅਸ ਗਤੀ ਵਿੱਚ ਭਾਗ ਨਹੀਂ ਲੈਂਦੀ ਹੈ ਕਿ ਆਮ ਆਦਮੀ ਪਾਰਟੀ ਕੋਈ ਇਲੈਕਸ਼ਨ ਨਹੀਂ ਕੰਟੈਸਟ ਕਰਨਾ ਚਾਹੁੰਦੀ। ਪਰ ਲੇਕਿਨ ਜਿਹੜੀ ਸੰਸਥਾ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜ਼ਾ ਹੋਵੇ, ਉਹਦੇ ਇਸ ਤਰ੍ਹਾਂ ਦੇ ਬਿਆਨ ਹੋਣੇ ਜਿਹੜੇ ਹੈਗੇ ਨੇ ਉਹ ਪੰਜਾਬ ਲਈ ਅਸ਼ੁਭ ਨੇ। ਇਹ ਮਾਮਲਾ ਜਿਹੜਾ ਕਿ ਬੜੇ ਲੰਬੇ ਅਰਸੇ ਤੋਂ ਪੰਜਾਬ ਚੱਲ ਰਿਹਾ ਸੀਗਾ, ਉਹਦੇ 'ਤੇ ਆਮ ਆਦਮੀ ਪਾਰਟੀ ਆਪਣਾ ਪੱਖ ਰੱਖਣਾ ਚਾਹੁੰਦੀ ਆ। ਮੇਰੇ ਨਾਲ ਨੇ ਸਰਦਾਰ ਕਰਤਾਰ ਸਿੰਘ ਸੰਧਵਾ ਜੀ, MLA ਕੋਟਪੂਰਾ, ਅਤੇ ਅਸੀਂ ਬੜਾ ਅਹਿਮ ਮਾਮਲਾ ਹੈ ਕਿ ਲਗਭਗ ਹਰ ਰੋਜ਼ ਕਿਸੇ ਨਾ ਕਿਸੇ ਰੂਪ ਦੇ ਵਿੱਚ ਵੱਖ ਵੱਖ ਨਿਊਜ਼ ਪੇਪਰਾਂ ਦੇ ਵਿੱਚ ਵੱਖ ਵੱਖ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆਉਂਦਾ ਰਹਿੰਦਾ ਗਾ ਕਿ ਪੰਜਾਬ ਨੂੰ ਸੈਪਰੇਟ ਸਿੱਖ ਸਟੇਟ ਦੀ ਮੰਗ ਜਿਹੜਾ ਹੈਗਾ ਪੰਜਾਬ ਦੇ ਉਹ ਸਰਬੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਅਕਾਲ ਤਖ਼ਤ ਦੇ ਮਾਨਯੋਗ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਕੋਲ ਵਾਰ ਵਾਰ ਇਹ ਸਟੇਟਮੈਂਟਾਂ ਦਾ ਆਉਣਾ ਕਿ ਪੰਜਾਬ ਦੇ ਵਿੱਚ ਇੱਕ ਵੱਖਰੇ ਸਟੇਟ ਦੀ ਮੰਗ ਆ, ਇਹ ਇੱਕ ਮੈਂ ਸਮਝਦਾ ਆਮ ਆਦਮੀ ਪਾਰਟੀ 'ਤੇ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੁੰਦੀ ਆ। ਸੋ ਸ਼੍ਰੋਮਣੀ ਅਕਾਲੀ ਦਲ ਜਦੋਂ ਵੀ ਪੰਜਾਬ ਦੀ ਸੱਤਾ ਤੋਂ ਬਾਹਰ ਹੁੰਦਾ ਗਾ, ਜਦੋਂ ਵੀ ਪੰਜਾਬ ਦੇ ਰਾਜ ਭਾਗ ਤੋਂ ਬਾਹਰ ਹੁੰਦਾ ਗਾ, ਉਸ ਸਮੇਂ ਉਹ ਐਂਟੀ ਨੈਸ਼ਨਲ, ਉਸ ਸਮੇਂ ਉਹ ਪੰਜਾਬ ਵਿਰੋਧੀ, ਉਸ ਸਮੇਂ ਉਹ ਪੰਜਾਬ ਨੂੰ ਤੋੜਨ ਵਾਲੀਆਂ, ਉਸ ਸਮੇਂ ਆਪਸੀ ਭਾਈਚਾਰੇ ਲੜਾਉਣ ਵਾਲੀਆਂ ਗੱਲਾਂ ਕਰਦਾ ਗਾ। ਇਹ ਲੰਬੇ ਅਰਸੇ ਤੋਂ ਖਾਸਾ ਗਾ ਅਕਾਲੀ ਦਲ ਦਾ ਕਿ ਜਦੋਂ ਵੀ ਉਹ ਸੱਤਾ ਤੋਂ ਬਾਹਰ ਰਿਹਾ ਗਾ, ਸੱਤਾ ਤੋਂ ਬਾਹਰ ਰਹਿੰਦੇ ਹੋ, ਉਸੇ ਸਮੇਂ ਉਹ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਰਾ, ਚਾਹੇ ਆਪਣੇ ਲੀਡਰਾਂ ਦੇ ਦੁਆਰਾ ਇਸ ਤਰ੍ਹਾਂ ਦੇ ਭੜਕਾਊ ਬਿਆਨ ਦਿੰਦਾ ਗਾ ਤਾਂ ਕਿ ਪੰਜਾਬ ਦੀ ਜਿਹੜੀ ਆ ਜਿਹੜਾ ਸ਼ਾਂਤਮਈ ਮਾਹੌਲ ਆ, ਜਿਹੜਾ ਪ੍ਰੋਗਰੈਸਿਵ ਮਾਹੌਲ ਆ, ਉਹ ਖਰਾਬ ਹੋਵੇ। ਸੋ ਅਸੀਂ ਜਿਹੜਾ ਹੈਗਾ ਉਹਦੀ ਨਿੰਦਾ ਕਰਦੇ ਹਾਂ। ਦੂਜੇ ਪਾਸੇ ਬੜਾ ਸਪਸ਼ਟ ਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ 'ਤੇ ਆਪਣਾ ਸਟੈਂਡ ਸਪਸ਼ਟ ਕਰੇ ਕਿ ਉਹ ਜਥੇਦਾਰ ਸਾਹਿਬ ਦੇ ਬਿਆਨ ਨੂੰ ਟੋਕ ਕਰਦਾ ਗਾ ਕਿ ਜਥੇਦਾਰ ਸਾਹਿਬ ਦੇ ਬਿਆਨ ਨੂੰ ਜੋ ਹੈਗਾ ਉਹਨੂੰ ਸਹਿਮਤ ਆ ਜਾਂ ਅਸਹਿਮਤ ਆ, ਕਿਉਂਕਿ ਲੰਬੇ ਅਰਸੇ ਤੋਂ ਜਿਹੜੇ ਬਿਆਨ ਆ ਰਹੇ ਨੇ ਕਿ ਉਹ ਪੰਜਾਬ ਦੀ ਫਿਜ਼ਾ ਨੂੰ, ਪੰਜਾਬ ਦੇ ਮਾਹੌਲ ਨੂੰ ਵਿਗਾੜਨ ਵਾਲੇ ਨੇਗੇ। ਪੰਜਾਬ ਵਿੱਚ ਜਿਹੜੀ ਆ ਇਸ ਸਮੇਂ ਜਿਸ ਤਰ੍ਹਾਂ ਦੇਸ਼ ਦੇ ਵਿੱਚ ਕਿਸਾਨਾਂ ਦਾ ਬਹੁਤ ਵੱਡਾ ਮਾਮਲਾ ਸਾਹਮਣੇ ਆ ਰਿਹਾ ਕਿ ਇਸ ਸਮੇਂ 3 ਆਰਡੀਨੈਂਸ ਜਿਹੜੇ ਦੇਸ਼ ਦੀ ਪਾਰਲੀਮੈਂਟ 'ਚ ਪੇਸ਼ ਹੋਏ ਨੇਗੇ, ਉਹਨਾਂ 'ਤੇ ਗੱਲ ਕਰਨ ਦੀ ਬਜਾਏ ਮਾਮਲੇ ਨੂੰ ਭੜਕਾਇਆ ਜਾ ਰਿਹਾ ਹੈਗਾ, ਲੋਕਾਂ ਦਾ ਧਿਆਨ ਹਟਾਇਆ ਜਾ ਰਿਹਾ ਤਾਂ ਕਿ ਪੰਜਾਬ ਦੇ ਲੋਕ ਜਿਹੜੇ ਹੈਗੇ ਨੇ ਕਿ ਹੋਰ ਮਾਮਲੇ 'ਚ ਉੱਠ ਜਾਣ, ਜਿਹੜਾ ਕਿ ਲੋਕਾਂ ਨਾਲ ਜੁੜਿਆ ਹੋਇਆ ਮਾਮਲਾ ਗਾ, ਜਿਹੜਾ 3 ਆਰਡੀਨੈਂਸਾਂ ਦਾ ਮਾਮਲਾ ਉਹ ਤੋਂ ਭੜਕਾ ਕੇ ਧਿਆਨ ਲਿਆ ਜਾ ਰਿਹਾ। ਸੋ ਆਮ ਆਦਮੀ ਪਾਰਟੀ ਜਿਹੜੇ ਐਂਟੀ ਨੈਸ਼ਨਲ ਲੋਕ ਨੇਗੇ, ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਨੇਗੇ, ਦੇਸ਼ ਦੇ ਸੰਵਿਧਾਨ 'ਚ ਯਕੀਨ ਨਹੀਂ ਰੱਖਦੇ, ਉਹਨਾਂ ਦੇ ਖਿਲਾਫ਼ ਆ, ਬੜਾ ਸਪਸ਼ਟ ਸਾਡਾ ਸਟੈਂਡ ਹੈਗਾ। ਅਸੀਂ ਚਾਹੁੰਦੇ ਹਾਂਗੇ ਕਿ ਪੰਜਾਬ ਦੇ ਮੁੱਖ ਮੰਤਰੀ ਇਹਨਾਂ 'ਤੇ ਕਾਰਵਾਈ ਕਰੇ ਜਿਹੜੇ ਪੰਜਾਬ ਨੂੰ ਤੋੜਨਾ ਚਾਹੁੰਦੇ ਨੇਗੇ। ਪਰ ਦੂਜੇ ਪਾਸੇ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਇਹਨੂੰ ਬਚਾਉਣਾ ਚਾਹੁੰਦੇ ਨੇਗੇ। ਦੋਨੇ ਪਾਰਟੀਆਂ, ਕਾਂਗਰਸ ਪਾਰਟੀ, ਅਕਾਲੀ ਦਲ ਜਿਹੜਾ ਹੈਗਾ ਪੰਜਾਬ ਵਿੱਚ ਮਾਹੌਲ ਵਿਗਾੜਨਾ ਚਾਹੁੰਦੇ ਨੇ, ਉਸ ਮਾਹੌਲ ਵਿਗਾੜਨ ਦੇ ਤਹਿਤ ਜਿਹੜਾ ਹੈਗਾ ਇਸ ਤਰ੍ਹਾਂ ਦੇ ਸਟੇਟਮੈਂਟਾਂ ਸਾਹਮਣੇ ਆਉਂਦੀਆਂ ਨੇਗੀਆਂ। ਅੱਜ ਪੰਜਾਬ ਨੂੰ ਸੈਪਰੇਟ ਸਟੇਟ ਦੀ ਮੰਗ ਨਹੀਂ ਹੈਗੀ, ਅੱਜ ਪੰਜਾਬ ਵਿੱਚ ਮੰਗ ਆ ਤਾਂ 3 ਆਰਡੀਨੈਂਸ ਰੱਦ ਕਰਨ ਦੀ ਮੰਗ ਆ, ਜੇ ਅੱਜ ਪੰਜਾਬ ਵਿੱਚ ਮੰਗ ਆ ਤਾਂ ਬੇਰੁਜ਼ਗਾਰੀ ਖਤਮ ਕਰਨ ਦੀ ਮੰਗ ਆ, ਜੇ ਅੱਜ ਮੰਗ ਆ ਤਾਂ ਅੱਜ ਮਾਫੀਆ ਰਾਜ ਦੇ ਖਿਲਾਫ਼ ਐਕਸ਼ਨ ਲੈਣ ਦੀ ਗੱਲ ਆ। ਤਾਂ ਉਹਨਾਂ ਸਾਰੇ ਮੁੱਦਿਆਂ ਤੋਂ, ਜਿਹੜੇ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਇਸ ਤਰ੍ਹਾਂ ਦੀਆਂ ਜਿਹੜੀਆਂ ਬੇਤੁਕੀਆਂ, ਬੇਬੁਨਿਆਦ, ਬੇਲੋੜੀਆਂ, ਗੈਰ ਜ਼ਿੰਮੇਵਾਰ ਦਾ ਸਟੇਟਮੈਂਟਾਂ ਜਾਰੀ ਕਰਦਾ ਰਹਿੰਦਾ ਗਾ। ਸੋ ਅਕਾਲੀ ਦਲ ਜਿਹੜਾ ਹੈਗਾ ਇਸ ਮਾਮਲੇ ਲੈ ਕੇ ਆਪਣਾ ਰੁੱਖ ਸਪਸ਼ਟ ਕਰੇ ਕਿ ਉਹ ਕੀ ਉਹ ਜਥੇਦਾਰ ਸਾਹਿਬ ਦੇ ਬਿਆਨ ਨੂੰ ਜਿਹੜਾ ਹੈਗਾ ਉਹਨੂੰ ਸਹਿਮਤ ਆ ਜਾਂ ਅਸਹਿਮਤ ਆ। ਔਰ ਦੂਜੇ ਪਾਸੇ ਬੀਜੇਪੀ ਵੀ ਆਪਣਾ ਸਟੈਂਡ ਸਪਸ਼ਟ ਕਰੇ ਕਿ ਉਹ ਸ਼੍ਰੋਮਣੀ ਅਕਾਲੀ ਦਲ ਇਹਨਾਂ ਹਾਲਾਤਾਂ ਦੇ ਨਾਲ ਉਹਦਾ ਲੈ ਜੰਗ ਰੱਖੂਗੀ ਜਾਂ ਨਹੀਂ ਰੱਖੂਗੀ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਅਕਾਲੀ ਦਲ ਆ ਉਹ ਹਮੇਸ਼ਾ ਦੋਗਲੀ ਨੀਤੀ ਦੇ ਤਹਿਤ ਕੰਮ ਕਰਦਾ ਗਾ। ਜਦੋਂ ਸੱਤਾ 'ਚ ਹੁੰਦਾ ਗਾ ਉਦੋਂ ਪੰਥ ਦੇ ਅਗੇਂਸਟ ਭੁਗਤਦਾ ਗਾ। ਤੁਸੀਂ ਦੇਖੋ 2015 ਦੇ ਵਿੱਚ ਉਦੋਂ ਪੰਥ ਦੇ ਅਗੇਂਸਟ ਭੁਗਤਿਆ, ਉਦੋਂ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਵਾਈ, ਉਦੋਂ 2 ਸਾਡੇ ਨੌਜਵਾਨ ਮਾਰੇ। ਇਸੇ ਤਰ੍ਹਾਂ 1986 ਦੇ ਵਿੱਚ ਜਦੋਂ ਸੱਤਾ ਦੇ ਵਿੱਚ ਸੀਗਾ ਉਦੋਂ ਤੁਹਾਨੂੰ ਪਤਾ ਤੁਹਾਡੇ ਨੇ ਦੁਕੇਤਰ ਦੇ ਵਿੱਚ, ਨਕੋਦਰ ਦੇ ਵਿੱਚ ਪੰਥ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਸਾੜਿਆ ਗਿਆ, 2 ਨੌਜਵਾਨ ਮਾਰੇ ਗਏ, ਕੋਈ ਇਨਸਾਫ਼ ਨਹੀਂ ਮਿਲਿਆ। ਉਸ ਤੋਂ ਬਾਅਦ ਕਿੰਨਾ ਲੰਬਾ ਸਖ਼ਤ ਦੀ ਸਰਕਾਰ ਰਹੀ, ਹੁਣ ਜਦੋਂ 2015 ਦੀ ਸਰਕਾਰ ਸੀ ਉਦੋਂ ਪੰਥ ਦੇ ਖਿਲਾਫ਼ ਉੱਠਿਆ। ਜਦੋਂ ਸੱਤਾ ਤੋਂ ਬਾਹਰ ਹੁੰਦਾ ਗਾ ਉਦੋਂ ਪੰਥ ਦੀਆਂ ਗੱਲਾਂ ਕਰਦਾ, ਉਦੋਂ ਜਿਹੜਾ ਹੈਗਾ ਸਟੇਟ ਨੂੰ ਤੋੜਨ ਦੀਆਂ ਗੱਲਾਂ ਕਰਦਾ, ਸਟੇਟ 'ਚ ਅਨਾਰਕੀ ਫੈਲਾਉਣ ਦੀਆਂ ਗੱਲਾਂ ਕਰਦਾ, ਸਟੇਟ 'ਚ ਅਸਪਤਾਲ ਲੈ ਕੇ ਆਉਣ ਦੀਆਂ ਗੱਲਾਂ ਕਰਦਾ। ਪਰ ਲੇਕਿਨ ਜਦੋਂ ਸੱਤਾ 'ਚ ਹੁੰਦਾ ਉਦੋਂ ਜਿਹੜਾ ਹੈਗਾ ਤਾਂ ਸਟੈਂਡ ਡਿਫਰੈਂਟ ਹੁੰਦਾ ਗਾ। ਸੋ ਆਮ ਆਦਮੀ ਪਾਰਟੀ ਬੜਾ ਸਪਸ਼ਟ ਹੈ ਜਿਹੜਾ ਹੈਗਾ
ਕਿ ਅਕਾਲੀ ਦਲ ਤੇ ਆਪਣਾ ਸਟੈਂਡ ਸਪਸ਼ਟ ਕਰੇ, ਅਕਾਲੀ ਦਲ ਪੰਜਾਬ ਦੇ ਲੋਕਾਂ ਨੂੰ ਦੱਸੇ ਕਿ ਉਹ ਉਸ ਬਿਆਨ ਦੇ ਨਾਲ ਆ ਜਾਂ ਉਸ ਬਿਆਨ ਦੇ ਖਿਲਾਫ ਆ। ਸਰ ਟੈਕਨੀਕਲੀ ਜਦੋਂ ਕੋਈ ਫਾਰਮੂਲਾ ਪ੍ਰੂਵ ਹੁੰਦਾ ਨਾ, ਉਹਦੇ ਵਿੱਚ ਇਜ਼ ਇਕੁਅਲ ਟੂ ਦਾ ਸਾਈਨ ਆਉਂਦਾ ਜਾਂ ਲੈਸ ਦੈਨ ਜਾਂ ਮੋਰ ਦੈਨ ਦਾ ਸਾਈਨ ਆਉਂਦਾ। ਤੁਸੀਂ ਅਕਾਲੀ ਦਲ ਨੂੰ ਅਕਾਲ ਤਖ਼ਤ ਦੇ ਨਾਲ ਲੈਸ ਦੈਨ ਕਹਿੰਦੇ ਹੋ, ਮੋਰ ਦੈਨ ਕਹਿੰਦੇ ਹੋ ਜਾਂ ਇਕੁਅਲ ਟੂ ਕਹਿੰਦੇ ਹੋ? ਦੇਖੋ ਅਕਾਲੀ ਦਲ ਜਿਹੜਾ ਹੈਗਾ, ਅਕਾਲੀ ਦਲ ਬਹੁਤ ਛੋਟੀ ਪਾਰਟੀ, ਰਾਜਨੀਤਿਕ ਪਾਰਟੀ ਆ। ਅਕਾਲ ਤਖ਼ਤ ਇੱਕ ਸਰਵੋਰ ਸੰਸਥਾ ਕੀ, ਬਹੁਤ ਵੱਡੀ ਸੰਸਥਾ ਕੀ, ਉਹਦਾ ਜਿਹੜਾ ਕਿਤੇ ਵੀ ਉਹਨੂੰ ਅਸੀਂ ਵਾਪਿਆ ਨਹੀਂ ਜਾ ਸਕਦਾ, ਕਿਸੇ ਵੀ ਜਿਹੜਾ ਕਿਸੇ ਵੀ ਸੰਸਥਾ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ। ਪਰ ਲੇਕਿਨ ਹਾਂ, ਅਕਾਲੀ ਦਲ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਾਬਜ਼ਾ, ਸਭ ਨੂੰ ਪਤਾ ਕੋਈ ਦੋ ਰਾਹ ਨਹੀਂ। ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ SGPC ਦਾ ਪ੍ਰਧਾਨ ਨਿਯੁਕਤ ਕਰਦਾ ਹੈਗਾ, ਔਰ ਦੂਜੇ ਪਾਸੇ ਜਿਹੜਾ ਹੈਗਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਆ ਉਹ ਸਿੱਖ ਪੰਥ 'ਚੋਂ ਇੱਕ ਆਪਣਾ ਨੁਮਾਇੰਦਾ ਚੁਣਦੀ ਹੈ ਜਿਹੜਾ ਕਿ ਅਕਾਲ ਤਖ਼ਤ ਦਾ ਜਥੇਦਾਰ ਹੁੰਦਾ। ਸਰ ਜਿਹੜੀ ਜਥੇਦਾਰ ਸਾਹਿਬ ਨੇ ਸ਼ਬਦਾਵਲੀ ਬੋਲੀ ਜਾਂ ਫਿਰ ਜਿਹੜਾ ਸਿੱਖ ਫੋਰ ਜਸਟਿਸ ਗੁਰਪਤਪਿੰਦ ਸਿੰਘ ਪੰਨੂ ਜਿਹੜਾ ਬਾਹਰ ਬੈਠ ਕੇ ਲੋਕ ਪੰਜਾਬ ਵਾਸੀਆਂ ਨੂੰ ਫੋਨ ਕਰਕੇ ਗੁੰਮਰਾਹ ਕਰ ਰਿਹਾ, ਉਹਦੇ ਵਿੱਚ ਤੁਸੀਂ ਕੀ ਫਰਕ ਦੇਖਦੇ ਹੋ? ਦੇਖੋ ਬੜਾ ਸਪਸ਼ਟ ਆ ਕਿ ਫਰਕ ਜਿਹੜਾ ਹੈਗਾ, ਇੱਕ ਵਿਅਕਤੀ ਡਾਇਰੈਕਟਲੀ ਜਿਹੜਾ ਧਮਕੀ ਦੇ ਰਿਹਾ ਹੈਗਾ ਸਟੇਟ ਨੂੰ, ਇੱਕ ਬੰਦਾ ਡਾਇਰੈਕਟਲੀ ਜਿਹੜਾ ਹੈਗਾ ਸਟੇਟ ਤੋਂ ਉਹਦੀਆਂ ਗੱਲਾਂ ਕਰਦਾ, ਇੱਕ ਵਿਅਕਤੀ ਜਿਹੜਾ ਹੈਗਾ ਇੱਕ ਉਹ ਇਨਡਾਇਰੈਕਟਲੀ ਕਰ ਰਿਹਾ ਹੈਗਾ। ਸੋ ਕੰਮ ਇੱਕੋ ਹੀ ਆ, ਕੰਮ ਇੱਕੋ ਹੀ ਆ ਕਿ ਪੰਜਾਬ ਵਿੱਚ ਅਸ਼ਾਂਤੀ ਫੈਲਾਉਣੀ, ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ। ਸਰ ਤੁਸੀਂ ਕਿਹਾ SGPC ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੈਗਾ, ਜਿਹੜੇ ਆਮ ਆਦਮੀ ਪਾਰਟੀ ਦੀ 2022 'ਚ ਸਰਕਾਰ ਆਉਂਦੀ ਹੈ ਅਤੇ ਉਹ ਕਬਜ਼ਾ ਤੋੜਨ ਲਈ ਕੀ ਕਰੇਗੀ? ਦੇਖੋ ਆਮ ਆਦਮੀ ਪਾਰਟੀ ਬਿਲਕੁਲ ਧਰਮ ਨਿਰਪੱਖ ਪਾਰਟੀ ਆ। ਆਮ ਆਦਮੀ ਪਾਰਟੀ ਕਿਸੇ ਵੀ ਰਿਲੀਜੀਅਸ ਗਤੀਵਿਧੀ 'ਚ ਭਾਗ ਨਹੀਂ ਲੈਂਦੀ ਹੈ ਕਿ ਆਮ ਆਦਮੀ ਪਾਰਟੀ ਕੋਈ ਇਲੈਕਸ਼ਨ ਨਹੀਂ ਕੰਟੈਸਟ ਕਰਨਾ ਚਾਹੁੰਦੀ। ਪਰ ਲੇਕਿਨ ਜਿਹੜੀ ਸੰਸਥਾ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜ਼ਾ ਹੋਵੇ, ਉਹਦੇ ਇਸ ਤਰ੍ਹਾਂ ਦੇ ਬਿਆਨ ਆਉਣੇ ਜਿਹੜੇ ਹੈਗੇ ਨੇ ਉਹ ਪੰਜਾਬ ਲਈ ਅਸ਼ੁਭ ਨੇ।